मोहाली दे हलका विधायक कुलवंत सिंह वल्लों मकैनिकल स्वीपिंग दियां दो होर विदेशी मशीनां नूं हरी झंडी दे के रवाना कीता गया। 10 करोड़ दी लागत नाल पहलां भी दो मशीनां नगर निगम नूं दित्तियां गईयां सन। हुण शहर दियां सारियां ए अते बी सड़कां दी सफाई मकैनिकल मशीनां राही होवेगी। एमएलए कुलवंत सिंह ने इस मौके कहा कि ओह शहर विच सी टाइप सड़कां दी सफाई भी मकैनिकल तरीके नाल करन लई कोई ना कोई छोटियां मशीनां दा प्रबंध करवाउण दी कोशिश कर रहे ने अते शहर ਦੀ ਸਫਾਈ ਲਈ ਕੋਈ ਕਸਰ ਉਹ ਨਹੀਂ ਛੱਡਣਗੇ। ਦੇਖੋ 4 ਮਸ਼ੀਨਾਂ ਆਉਣੀਆਂ ਸੀ ਤੇ 4 ਆ ਚੁੱਕੀਆਂ ਨੇ। ਮੈਂ ਪਹਿਲਾਂ ਜਦੋਂ ਮਸ਼ੀਨਾਂ ਆਈਆਂ ਸੀ ਉਦੋਂ ਵਾਅਦਾ ਕੀਤਾ ਸੀ ਵੀ ਜਿਹੜੀਆਂ 2 ਤਾਂ ਆ ਚੁੱਕੀਆਂ ਨੇ ਤੇ ਬਹੁਤ ਜਲਦੀ 2 ਮਸ਼ੀਨਾਂ ਵੀ ਆ ਜਾਣਗੀਆਂ। ਔਰ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਵੀ ਆਮ ਆਦਮੀ ਪਾਰਟੀ ਦਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦਾ ਸਿਰਫ ਇੱਕੋ ਇੱਕ ਮਕਸਦ ਆ ਵੀ ਪੰਜਾਬ ਨੂੰ ਖੂਬਸੂਰਤ ਦੇਖਣਾ, ਪੰਜਾਬ ਦੀ ਤਰੱਕੀ ਅਤੇ ਪੰਜਾਬ ਨੂੰ ਸਾਫ਼ ਸੁਥਰਾ ਰੱਖਣਾ ਅਤੇ ਪੰਜਾਬ ਨੂੰ ਹੱਸਦਾ ਗਾਉਂਦਾ ਪਹਿਲਾ ਮੰਗਣ ਬਣਾਉਣਾ। ਅਤੇ ਉਸੇ ਤਹਿਤ ਉਹਨਾਂ ਵੱਲੋਂ ਹੁਕਮ ਜਾਰੀ ਕੀਤੇ ਗਏ ਕਮਾਂਡਰਾਂ ਨੂੰ ਅਤੇ 10 ਕਰੋੜ ਰੁਪਏ ਦੀ ਰਕਮ ਮਨਜ਼ੂਰ ਕੀਤੀ ਗਈ ਅਤੇ 10 ਕਰੋੜ ਦੇ ਵਿੱਚੋਂ 2 ਪਹਿਲਾਂ ਆ ਗਈਆਂ ਸੀ ਅਤੇ 2 ਹੁਣ ਜਿਹੜੀਆਂ ਮਸ਼ੀਨਾਂ ਨੇ ਸਾਡੇ ਨਵੇਂ ਕਮਿਸ਼ਨਰ ਸਾਹਿਬ ਆਏ ਨੇ ਬੈਂਸ ਸਾਹਿਬ, ਉਹਨਾਂ ਦੀ ਅਣਥੱਕ ਕੋਸ਼ਿਸ਼ ਦੇ ਨਾਲ ਇਹ 2 ਮਸ਼ੀਨਾਂ ਵੀ ਜਿਹੜੀਆਂ ਨਵੀਆਂ ਨੇ ਅੱਜ ਆ ਚੁੱਕੀਆਂ ਨੇ ਅਤੇ ਕੰਮ ਸ਼ੁਰੂ ਹੋ ਚੁੱਕਿਆ। ਮੈਂ ਸਾਰੇ ਮੋਹਾਲੀ ਵਾਸੀਆਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਵੀ ਮੋਹਾਲੀ ਇੱਕੋ ਇੱਕ ਸ਼ਹਿਰ ਆ ਜਿਹਦੇ ਕੋਲ ਆਪਦੀਆਂ ਮਸ਼ੀਨਾਂ ਨੇ ਵਰਕ ਕਰਦੀਆਂ। ਮਾਲਕ ਆ ਮੋਹਾਲੀ, ਜਦੋਂ ਮਰਜ਼ੀ ਦਿਨ ਚਲਾਵੇ ਰਾਤ ਚਲਾਵੇ ਜਿੱਥੇ ਮਰਜ਼ੀ ਭੇਜੇ, ਅਤੇ ਮੋਹਾਲੀ ਕਾਰਪੋਰੇਸ਼ਨ ਇੱਕੋ ਇੱਕ ਕਾਰਪੋਰੇਸ਼ਨ ਹੈ ਜਿਹਦੇ ਕੋਲ ਉਹਨਾਂ ਦੀਆਂ ਆਪਦੀਆਂ ਮਕੈਨੀਕਲ ਸਵੀਪਿੰਗ ਮਸ਼ੀਨਾਂ ਜਿਹੜੀਆਂ ਚੱਲ ਰਹੀਆਂ ਨੇ ਔਰ ਇਹ ਲਗਾਤਾਰ ਕੰਮ ਕਰਨਗੀਆਂ। ਜਿਹੜੀ 600 ਕਿਲੋਮੀਟਰ ਲੰਬੀਆਂ ਸੜਕਾਂ ਨੇ 700 ਕਿਲੋਮੀਟਰ, ਉਹਨਾਂ ਨੂੰ ਰੈਗੂਲਰ ਸਫਾਈ ਹੈ ਜਿਹੜੀ ਕਦੇ ਛੱਡ ਕੇ ਹੋਊਗੀ। ਔਰ ਜਿਹੜੀ ਇਹ ਸਫਾਈ ਵੀ ਕਰਦੀਆਂ ਨੇ, ਜੇ ਨਾ ਵੀ 2-4 ਦਿਨ ਹੋਵੇ ਸਫਾਈ ਤਾਂ ਵੀ ਚੱਲਦਾ, ਕਿਉਂਕਿ ਐਨ ਪੂਰਾ ਰਗੜ ਦਿੰਦੀਆਂ ਨੇ ਇਹ ਸੜਕਾਂ ਨੂੰ। ਤੁਸੀਂ ਹੁਣ ਚੱਲਦਾ ਦੇਖਿਆ ਹੀ ਆ ਵੀ ਇਹ ਕਿੱਦਾਂ ਸਫਾਈ ਕਰਦੀਆਂ ਨੇ। ਸੋ ਮੈਨੂੰ ਇਹ ਲੱਗਦਾ ਵੀ ਇਹ ਮੋਹਾਲੀ ਵਾਲਿਆਂ ਵਾਸਤੇ ਅੱਜ ਦਾ ਦਿਨ ਆ ਜਿਹੜਾ ਇਹ ਬਹੁਤ ਸੁਭਾਗਾ ਦਿਨ ਆ ਜਿਹਦੇ ਜਿਸ ਦਿਨ ਅੱਜ ਇਹ ਕੰਮ ਜਿਹੜਾ ਅੱਛਾ ਇੱਕ ਸ਼ੁਰੂ ਆ ਜਿਹੜਾ ਹੋਇਆ। ਸਫਾਈ ਹੈ ABC ਰੋਡ ਸਾਰੀ ਦੀ ਹੋਊਗੀ ਜਾਂ ਇਕੱਲੀ AB ਰੋਡ ਦੀ ਹੋਣੀ ਨਾ ਮਸ਼ੀਨ? ਨਹੀਂ, ਏ ਔਰ ਬੀ ਰੋਡ ਦੀ ਹੈ ਜਿਹੜੀ ਇਹ ਸਫਾਈ ਹੋਣੀ ਆ, ਅਤੇ ਸੀ ਰੋਡ ਬਾਰੇ ਵੀ ਅਸੀਂ ਇੱਕ ਪਲੈਨਿੰਗ ਕਰ ਰਹੇ ਹਾਂ। ਕਮਿਸ਼ਨਰ ਸਾਹਿਬ ਨਾਲ ਮੇਰੀ ਗੱਲ ਹੋਈ ਹੈ ਅਤੇ ਗਮਾਡਾ ਵਾਲਿਆਂ ਨਾਲ ਵੀ ਮੇਰੀ ਗੱਲ ਹੋਈ ਆ ਵੀ ਉਹਦੇ ਲਈ ਵੀ ਜੇ ਕੋਈ ਛੋਟੀਆਂ ਮਸ਼ੀਨਾਂ ਮਿਲ ਸਕਣ ਸਾਨੂੰ ਤਾਂ ਉਹ ਵੀ ਬੜੀ ਜਲਦੀ ਅਸੀਂ ਇੱਕ ਪਾਇਲਟ ਪ੍ਰੋਜੈਕਟ ਤਿਆਰ ਕਰਕੇ ਅਸੀਂ ਗਮਾਡਾ ਨੂੰ ਦੇਵਾਂਗੇ ਅਤੇ ਅਸੀਂ ਸਾਨੂੰ ਪੱਕਾ ਪਤਾ ਵੀ ਮਾਨਯੋਗ ਮੁੱਖ ਮੰਤਰੀ ਦੀ ਇੰਟਰਵੀਨ ਕਰਨਗੇ ਅਤੇ ਉਹਨਾਂ ਦੇ ਹੁਕਮਾਂ ਦੇ ਨਾਲ ਅਸੀਂ ਉਹ ਵੀ ਮਸ਼ੀਨਾਂ ਹਾਸਲ ਕਰਨ ਦੇ ਵਿੱਚ ਬੜੀ ਜਲਦੀ ਕਾਮਯਾਬ ਹੋਵਾਂਗੇ। ਐਮਐਲਏ ਸਾਹਿਬ, ਸਫਾਈ ਦਾ ਹਾਲ ਆ ਉਹਨੂੰ ਲੈ ਕੇ ਸੱਤਾ ਪੱਖ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਈ ਜਾਂਦਾ, ਸਰਕਾਰ ਜਿਹੜੀ ਆ ਸੱਤਾ ਪੱਖ ਨੂੰ ਜ਼ਿੰਮੇਵਾਰ ਠਹਿਰਾਈ, ਇਹਦਾ ਹੱਲ ਕੀ ਨਿਕਲੂਗਾ? ਲੋਕ ਤਰ੍ਹਾਂ ਤਰ੍ਹਾਂ ਕਰ ਰਹੇ ਨੇ, ਬੁਰਾ ਹਾਲ ਹੈ। ਦੇਖੋ, ਮੇਰੀ ਬੇਨਤੀ ਇਹ ਹੈ ਵੀ ਜਦੋਂ ਵੀ ਕੋਈ ਸਮੱਸਿਆ ਆਉਂਦੀ ਹੈ ਨਾ, ਆਪਾਂ ਇੱਕ ਦੂਜੇ ਨੂੰ ਮਤਲਬ ਜ਼ਿੰਮੇਵਾਰ ਠਹਿਰਾਉਣਾ ਸ਼ੁਰੂ ਕਰ ਦਿੰਦੇ ਹਾਂ। ਵਿਚਲੀ ਪ੍ਰੋਬਲਮ ਕੀ ਆ, ਕੋਈ ਬਹੁਤੀ ਜ਼ਿਆਦਾ ਸਮਝਦਾ ਨਹੀਂ ਹੈ। ਔਰ ਜਿਹੜੇ ਮਤਲਬ ਅਸਲੀ ਸੱਤਾ ਪੱਖ ਤੁਸੀਂ ਕਿਹਨੂੰ ਕਹਿੰਦੇ ਆ, ਜਿਹੜੇ ਕਾਰਪੋਰੇਸ਼ਨ ਦੇ ਵਿੱਚ ਕਾਬਜ ਨੇ? ਅਸੀਂ ਤਾਂ ਨਹੀਂ ਕਦੇ ਲਾਇਆ ਉਹਨਾਂ 'ਤੇ ਇਲਜ਼ਾਮ, ਹਾਲਾਂਕਿ ਸਾਨੂੰ ਇਲਜ਼ਾਮ ਲਾਉਣਾ ਬਣਦਾ। ਉਹ ਦਫ਼ਤਰ 'ਚ ਬੈਠਦੇ ਨੇ, ਕੰਮ ਨਹੀਂ ਕਰਦੇ, ਜਾਂਦੇ ਨਹੀਂ ਹੈਗੇ, ਤਾਂ ਜਦੋਂ ਆਪ ਉਹ ਜਾਣਗੇ ਤਾਂ ਜਿਹੜੇ ਸਾਡੇ ਆਫਿਸਰ ਸਾਹਿਬਾਨ ਨੇ ਉਹਨਾਂ ਨੂੰ ਵੀ ਇਨਕਰੇਜਮੈਂਟ ਮਿਲੂਗੀ, ਉਹ ਵੀ ਵੱਧ ਚੜ੍ਹ ਕੇ ਕੰਮ ਕਰਨਗੇ, ਲੇਕਿਨ ਆਪ ਤਾਂ ਉਹਨਾਂ ਨੇ ਸਹੁੰ ਕਰਦੀ ਵੀ ਕਿਤੇ ਜਾਣਾ ਨਹੀਂ, ਸਵਾਇਆ ਇਲਜ਼ਾਮਬਾਜ਼ੀ ਤੋਂ ਕੁਛ ਨਹੀਂ ਕਰਨਾ ਹੈਗਾ। ਸੋ ਇਸ ਕਰਕੇ ਮੈਂ ਸਮਝਦਾ ਵੀ ਕਿਤੇ ਨਾ ਕਿਤੇ ਕੋਈ ਪ੍ਰੋਬਲਮ ਸੀ, ਉਹ ਤਾਂ ਦੱਸਣ 'ਚ ਕਾਮਯਾਬ ਨਹੀਂ ਹੋ ਪਾ ਰਹੇ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਲੋਕਾਂ ਨੂੰ ਫੇਸ ਕਿੱਦਾਂ ਕਰਨਾ, ਲੁਕ ਜਾਂਦੇ ਨੇ। ਕੱਲ੍ਹ ਪ੍ਰੋਬਲਮ ਅਸਲ 'ਚ ਇਹ ਆ ਵੀ ਜਿਹੜਾ ਡੰਪਿੰਗ ਗਰਾਊਂਡ ਸੀ ਉਹ ਹਾਈ ਕੋਰਟ ਨੇ ਉਹਦੇ 'ਤੇ ਰੋਕ ਲਾਤੀ ਵੀ ਇੱਥੇ ਤੁਸੀਂ ਸੁੱਟ ਨਹੀਂ ਸਕਦੇ ਹੈਗੇ, ਅਤੇ ਇਸ ਕਰਕੇ ਇਮੀਡੀਏਟ ਪ੍ਰੋਬਲਮ ਜਿਹੜੀ ਆ ਗਈ ਹੈ ਵੀ ਅਸੀਂ ਛੁੱਟੀ ਦੇ ਕਿੱਥੇ ਸੁੱਟੀਏ। ਕਈ ਪ੍ਰਾਈਵੇਟ ਏਜੰਸੀਆਂ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਸੀ, ਕੀਤੀਆਂ ਵੀ, ਚੁਕਾਇਆ ਵੀ ਹੈ ਕੂੜਾ ਬਹੁਤ ਸਾਡੇ ਆਫਿਸਰ ਸਾਹਿਬਾਨ ਨੇ ਸਾਰਿਆਂ ਨੇ ਰਲ ਮਿਲ ਕੇ ਪੂਰੀ ਕੋਸ਼ਿਸ਼ ਕਰਕੇ, ਲੇਕਿਨ ਕੂੜਾ ਦੀ ਕੁਆਂਟਿਟੀ ਇੰਨੀ ਆ ਉਹ ਚੁੱਕਿਆ ਜਾਣਾ ਬਹੁਤ ਔਖਾ ਹੋ ਰਿਹਾ। ਅਤੇ ਹੁਣ ਉਹਦਾ ਟੈਂਡਰ ਕਾਲ ਹੋਇਆ ਹੋਇਆ, ਉਹਦੇ ਦੇ ਉੱਤੇ ਵਰਕ ਚੱਲ ਰਿਹਾ। ਮੇਰਾ ਖਿਆਲ ਆ ਵੀ 2-4 ਦਿਨ ਦੇ ਵਿੱਚ ਵਰਕ ਆਰਡਰ ਜਾਰੀ ਹੋ ਗਏ, ਇਹ ਜਿਹੜੀ ਸਮੱਸਿਆ ਦਾ ਹੱਲ ਆ ਇਹ ਹੋ ਜੂਗਾ। ਅਤੇ ਮੈਂ ਸਾਰੇ ਮੋਹਾਲੀ ਵਾਸੀਆਂ ਨੂੰ ਇਹ ਅਪੀਲ ਕਰਦਾ ਵੀ ਇਹ ਪ੍ਰੋਬਲਮ ਆਈ ਹੋਈ ਆ, ਮੁਸ਼ਕਲ ਦੀ ਘੜੀ ਆ, ਇਹਦੇ ਵਿੱਚ ਸਾਡਾ ਸਾਰੇ ਸਾਥ ਦੇਣ ਅਤੇ ਘੱਟੋ ਘੱਟ ਕੂੜਾ ਪੈਦਾ ਕਰਨ ਤਾਂ ਕਿ ਅਸੀਂ ਮਤਲਬ ਉਹਨੂੰ ਸਾਂਭ ਸਕੀਏ, ਸਾਂਭ ਸੰਭਾਲ ਉਹਦੀ ਕਰ ਸਕੀਏ, ਅਤੇ ਕਿਸੇ ਕਿਸਮ ਦੀ ਕੋਈ ਕਿਸੇ ਕਿਸਮ ਨੂੰ ਪ੍ਰੋਬਲਮ ਵੀ ਨਾ ਪਵੇ ਅਤੇ ਸ਼ਹਿਰ ਦੇ ਵਿੱਚ ਗੰਦ ਵੀ ਨਾ ਪਵੇ। ਡਿਪਟੀ ਮੇਅਰ ਤਾਂ ਜਿਹੜਾ ਸਿੱਧੀ ਸੀ ਚੇਤਾਵਨੀ ਦੇ ਰਹੇ ਨੇ, ਕਹਿੰਦੇ ਇੱਕ ਹਫ਼ਤੇ 'ਚ ਸਮੱਸਿਆ ਹੱਲ ਨਾ ਹੋਈ ਸਥਾਨਕ ਸਰਕਾਰ ਦੇ ਦਫ਼ਤਰ ਦੇ ਬਾਹਰ ਕਹਿੰਦੇ ਧਰਨੇ 'ਤੇ ਬਹਿ ਜਾਣਗੇ। ਮੇਰੀ ਬੇਨਤੀ ਇਹ ਹੈ ਵੀ ਉਹ ਆਪ ਕੰਮ ਕਰਨ ਲਈ ਸਮਰੱਥ ਨੇ, ਧਰਨਾ ਤਾਂ ਅਸੀਂ ਦੇਣਾ ਚਾਹੀਦਾ ਜਿਹੜੇ ਆਪੂ ਜੀ 'ਚ ਬੈਠੇ ਹਾਂ, ਕਾਰਪੋਰੇਸ਼ਨ ਜਿਹੜੇ MC ਸਾਡੇ ਇੱਥੇ ਖੜ੍ਹੇ ਨੇ ਜਿਨ੍ਹਾਂ ਦਾ ਇਹ ਕੰਮ ਜਾਣ ਬੁੱਝ ਕੇ ਨਹੀਂ ਕਰਾਉਂਦੇ, ਆਪਦਿਆਂ ਦਾ ਕਰਾ ਲੈਂਦੇ, ਸਾਡੇ ਜਿਹੜੇ MC ਨੇ ਜਿਹੜੇ ਆਮ ਆਦਮੀ ਪਾਰਟੀ ਸੰਬੰਧ ਉਹਨਾਂ ਤਾਂ ਕਰਾਉਂਦੇ ਨਹੀਂ, ਧਰਨਾ ਤਾਂ ਦੇਣਾ ਚਾਹੀਦਾ ਉਹਨਾਂ ਨੂੰ। ਇਹ ਉਲਟਾ ਕਰ ਰਹੇ ਨੇ ਵੀ ਆਪ ਧਰਨਾ ਦੇਣਗੇ, ਇਹਨਾਂ ਨੂੰ ਧਰਨੇ ਤੋਂ ਨਹੀਂ ਦੇਣੇ ਚਾਹੀਦੇ, ਮਸਲੇ ਦਾ ਹੱਲ ਕਰਨਾ ਚਾਹੀਦਾ। ਜਿਹੜੀ ਸਮੱਸਿਆ
वो लोगों तक पहुँचाने चाहिए सच्चे दिल के नाल भाई आह साड़ी समस्या आई हुई है आह साड़ी प्रॉब्लम है तुसी साड़ा साथ दिओ। मैं भी मैं साहब दस्सिया भी लोगों को साथ मंगो लोगों को कहिए भी आप कूड़ा घट पैदा करो जिसे करके असी तो प्रॉब्लम च ना आईए तो गंद भी गंदगी ना फैले। तो मेरी बेनती है भी ड्रामेबाजी छड के लोगों को गुमराह करना छड के आ धरनेबाजी वाली गल्लां छड के काम कराने यकीन कर लोगों दिखाउण भी साढ़े कोल कारपोरेशन सी असी काम करके दिखाया डंबे ग्राउंड वास्ते 50 एकड़ जगह ऑलरेडी एक्वायर्ड है तो उहदे ते वर्क चल रहा समगौली दे विच जिहदे विच 40 एकड़ का कब्जा लै चुके हैं तो वह 40 एकड़ दे विच एक नवा प्लांट लग रहा जिहदे विच जिहड़ा ये रीजन आ टोटली डेराबसी तो लेके जिहड़ा मतलब मोहाली जिला तो रोपड़ जिला उहदी जिन्नियां भी कौंसल ते कारपोरेशन बैठे उहदा सारा कूड़ा जिहड़ा वह उत्थे जाऊगा तो काम बहुत जल्दी जिहड़ा शुरू हो जाऊगा तो उदों पहला उदों जदों तक वो काम नहीं शुरू होंदा उहदा भी हल असीं लभ लिया तो वह भी बहुत जल्दी शुरू हो जाऊगा। MLA साहब तुसीं अज जिहड़ा उद्घाटन कर रहे हो मेयर का कहना है कि साढ़े लोकतांत्रिक हकों के उपर डाका है भी पहला तुसीं दो मशीनों का उद्घाटन करके लोकतांत्रिक हकों के डाका मारिया सी अज तुसीं फिर डाका मार रहे हो। मैं कहना भी गमाडा ने मशीनां दित्तियां आम आदमी पार्टी ने मशीनां दवाईयां ने इहदे विच डाके वाली कोई गल है नहीं। मेयर साहब एक बारी भी मैनू दस देण मेयर साहब एक बारी भी मैनू दस देण बई मैं गमाडा के दफ्तर गया पुड्डा के दफ्तर गया CM कोल गया मेरे कोल कोई अप्रोच की मैनू ही बुला लेंदे जे वो मेरे कोल आना नहीं चाहते अपनी बेइज्जती समझते ने मैनू बुला लेंदे। मैं जदों मर्जी कारपोरेशन दसदा मैनू कोई शर्म नहीं मैं मोहाली के लोगों वास्ते कुछ भी कर सकता क्योंकि मोहाली ने मैनू माण इज्जत सत्कार बहुत दिता मोहाली ने मेरी जान हाजिर आ तो इस करके दफ्तर तो बाहर कितने निकलते नहीं ना ही किसी बेनती करते ना रिक्वेस्ट करते हैं ना कोशिश करते हैं तो इनाम कहते सानू मिल जाए सारा ये तो हो नहीं ना सकता है कभी कदम सो है।